ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਕੰਟੈਕਟ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚੇ ਸਾਹਮਣੇ ਝੋਟੀ ਦੇਖਦੀ ਪਈ ਐ ਇਹ ਬਕਾਊ ਆ ਤੇਰੀ ਮਾਂ ਦਾ ਸਾਰਾ ਬਾਇਓ ਡਾਟਾ ਵੀ ਕਿੱਥੇ ਦੁੱਧ ਚਵਾਇਆਂ ਕਰਾਂ ਜਾਂਦੇ ਆ ਦੇਖਣ ਨੂੰ ਪਸ਼ੂ ਲਿਸੜ ਦੇਣੇ ਹੋਣਗੇ ਕਿਉਂਕਿ ਘਰ ਦੇ ਪਸ਼ੂ ਹੋ ਗਏ ਵਪਾਰ ਵਗੈਰਾ ਦਾ ਕੰਮ ਨਹੀਂ ਬਿਨਾ ਮੇਕਅਪ ਤੋਂ ਪਸ਼ੂਏ ਖੜਿਆ ਆ ਬਾਂਜਦੇ ਪਰ ਹੈ ਦੁੱਧ ਵਾਲੇ ਪਸ਼ੂ ਜਮਾ ਸਾਰੇ ਬਾਂਜਾਂ ਨੇ ਘਰ ਦੀ ਵੀਡੀਓ ਤਿਆਰ ਕਰੀਏ ਇਹ ਛੋਟੀ ਸਕਰੀਨ ਤੇ ਦੇਖਦੇ ਪਿਆ ਬਕਾਹੂ ਆ ਇਸੇ ਮੱਝ ਦੀ ਆ ਪਹਿਲਾਂ ਆਪਾਂ ਮੱਝ ਬਾਰੇ ਪੁੱਛ ਰਹੇ ਨੇ ਕਿੰਨਾ ਇਹਨੇ ਦੁੱਧ ਚਵਾਤਾ ਸੱਸੀ ਗਾਲ ਬਾਈ ਜੀ ਸੱਸੀ ਗਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਬੋਲੋ ਆਪਣਾ ਹੀ ਨਾਮ ਵੀਰੇ ਕਰਮਜੀਤ ਸਿੰਘ ਜ਼ਿਲ੍ਹਾ ਬਰਨਾਲਾ ਪਿੰਡ ਕੋਡ ਪੈਂਡ ਕੋਲ ਮਹਿਲਕਲਾਂ ਦੇ ਕੋਲੇ ਪੈ ਗਿਆ ਕੋਲਡ ਸਾਪਾ ਜੀ ਨੂੰ ਕਹਦੇ ਨੇ ਤੇ ਮੇਰੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਵੀਰੇ 94781 99428 94781 99428 ਤੇ ਤੇ ਵੀਰੇ ਅੱਜ ਆਪਾਂ ਜਿਹੜੀ ਝੋਟੀ ਬਕਾਊ ਕਰੀ ਆ ਗਈ ਇਹ ਇਹ ਆਪਣੀ ਇਸ ਵੱਡੀ ਮੱਝ ਦੀ ਆ ਗਈ ਹਾਂ ਹਾਂ ਵੀਰੇ ਸਮਝ ਠੀਕ ਆ ਇਹ ਆਪਾਂ ਕਿੱਥੇ ਕਿੱਥੇ ਚਵਾਈ ਕਰਾਈ ਆ ਤੇ ਵੀਰੇ ਤਨੋਲੇ ਵੀ ਹੁੰਦੀ ਰਹੀ ਆ ਪਹਿਲਾਂ 2015 16 ਚ ਮੇਲਾ ਹੁੰਦਾ ਸੀ ਠੀਕ ਹੈ ਤੇ ਉਸੇ ਵਾਲੀ ਪੀਡੀਐਫ ਇਹ ਹੋਈ ਸੀ ਅੱਛਾ ਦੁੱਧ ਚਵਾਈ ਦੇ ਕਰਾਏ ਦਾ ਹਾਂ ਦੁੱਧ ਚਵਾਈ ਦਾ ਕਿੰਨਾ ਪੀਡੀਐਫ ਚਵਾਤਾ ਸੀ ਇਹਨੂੰ ਦੁੱਧ ਪੀਡੀਐਫ ਵੀ ਲੈਣੇ 18 18 19 ਲੀਟਰ ਇਹਦਾ ਦੁੱਧ ਚਵਾਈ ਅੱਛਾ ਦਿਖਾਓ ਸੱਜੂ 18 ਕਿਲੋ 353 ਗ੍ਰਾਮ ਹਾਂ ਹਾਂ ਪੀਡੀਐਫ ਵਾਲੇ ਚਵਾਈ ਇਹ ਸਮਝਦੀ ਹੋਈ ਵੀ ਐ 16 ਚ ਹਾਂ ਜੀ ਤੇ ਹੁਣ ਇਹ ਮੱਝ ਹੋ ਗਈ ਸੂਏ ਦੇ ਵਿੱਚ ਆਪਣੀ ਹਨਾ ਇਹ ਤਾਂ ਹੁਣ ਵੀਰੇ ਪਤਾ ਹੀ ਨਹੀਂ ਤਾਂ 8ਵੇਂ 9ਵੇਂ ਸੂਏ ਹੋਣਾ ਠੀਕ ਹੈ 8ਵੇਂ 9ਵੇਂ ਸੂਏ ਹਾਂ ਤੇ ਫਿਰ ਇਹਦੀਆਂ ਮਲਾ ਝੋਟੀਆਂ ਹੋਰ ਵੀ ਪਾਲੀਆਂ ਪੈੱਕ ਦੋ ਇਹਦੇ ਝੋਟੀਆਂ ਆ ਗਈ ਇੱਕ ਠੀਕ ਹੈ ਤੇ ਬਾਹੀ ਦੇ ਚ ਇਹਨੇ ਉਹ ਇਹਦੇ ਪਹਿਲੇ ਛੂਏ ਦੇ ਛੋਟੇ ਕਟੂ ਖੜੇ ਨੇ ਠੀਕ ਹੈ ਤੇ ਇਹ ਜਿਹੜੀ ਝੋਟੀ ਫਿਰ ਇਹਨੇ ਦੁੱਧ ਕਿੰਨਾ ਕੱਢਤਾ ਇਹ ਤਾਂ ਵੀਰੇ ਇਹਨੇ ਪਹਿਲੇ ਛੂਏ ਕੱਢਿਆਗਾ 12 13 ਲੀਟਰ ਛੇ ਦਾ 12 13 ਲੀਟਰ ਮਨ ਲਾ ਵਧੀਆ ਦੁੱਧ ਦੇ ਬੱਚੇ ਕੱਢਦੀ ਪਈ ਆ ਹਾਂ ਹਾਂ ਵੀਰੇ ਠੀਕ ਹੈ ਮਨ ਲਾ ਚੰਗੀ ਮੱਝ ਤਿਆਰ ਕਰ ਦਿੰਦੀ ਆ ਵਧੀਆ ਹਾਂ ਠੀਕ ਹੈ ਕਿਉਂਕਿ ਤਾਂ ਵੀਰੇ ਜਦੋਂ ਆਪਾਂ ਟੀਕੇ ਚੰਗੇ ਭਰਾਵਾਂ ਚੰਗੀ ਨਸਲੀ ਆਉਣੇ ਆ ਠੀਕ ਹੈ ਇਹ ਪਤਾ ਕੋਸ ਆਪ ਕਿਹੜੇ ਸੀਮਨ ਦੀ ਝੋਟੇ ਇਹ ਸੋਨੀ ਦੀ ਆ ਵੀਰੇ ਕਿਹੜਾ ਸੋਨੀ 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 ਸਾਣ ਕਿੱਥੋਂ ਦਾ ਇਹ ਇਹ ਤਾਂ ਸ਼ਿਕਾ ਆਪਣਾ ਪੀ ਪੰਜਾਬ ਵਾਲਿਆਂ ਦੀ ਪੀਐਲਡੀਵੀ ਦਾ ਹਾਂ ਹਾਂ ਪੀਐਲਡੀਵੀ ਦਾ ਸ਼ੋਨੀ ਸੁਰੂ ਰਿਕਾਰਡ ਵਗੈਰਾ ਬਾਕੀ ਸਾਰੇ ਵੇਜਾਂ ਡਾਕਟਰ ਚੰਗੇ ਸੀਮੈਂਟ ਰਖਾਉਂਦੇ ਆਗੇ ਤੇ ਵੇਜ ਆਪਾਂ ਪਹਿਲਾਂ ਮੱਝ ਦੇ ਜਾਲ ਕਮਰਾ ਦਈਏ ਤੇ ਆਹ ਦੇਖੋ ਜਮਾ ਜਿਹੜੀ ਮਿਲਕ ਵੇ ਨਾ ਅਗਲੀ ਲੱਤ ਤੋਂ ਸਟਾਰਟ ਹੁੰਦੀ ਪਈ ਆ ਤੱਕ ਜਰੂਰ ਮੱਝ ਦੀ ਮੂਰ ਨੂੰ ਹੈਗੀ ਆ ਪਰ ਆਡਰ ਸਾਨੂੰ ਦਿਖਾਈ ਦਿੰਦਾ ਉਹ ਦੁੱਧ ਵਾਲੀ ਮੱਝ ਐ ਇਦਾਂ ਦੀ ਮੱਝ ਦੇ ਇੱਕ ਘਰੇ ਆ ਜੇ ਤਾਂ ਆਪੀ ਭਰੇ ਚੰਗੇ ਪਸ਼ੂ ਤਿਆਰ ਕਰ ਦਿੰਦੀ ਆ ਸੋ ਆ ਲੈਵਾ ਦੇਖੋ ਮੱਝ ਦਾ ਜਮਾ ਬਹੁਤ ਤਕੜਾ ਕੀ ਬਰਾਪੇ ਇਦਾਂ ਦੇ ਲੈਵੇ ਦੇਖ ਕੇ ਕਹਦੇ ਨੇ ਕਿ ਪਸ਼ੂ ਬਣ ਕੇ ਚਲੋ ਇਹ ਦੁੱਧ ਵਾਲਾ ਨਹੀਂ ਹੋਣਾ ਅਰੇ ਇਦਾਂ ਦੀ ਮੱਝ ਘਰੇ ਆ ਜੇ ਪਸ਼ੂ ਚੰਗੇ ਤਿਆਰ ਕਰ ਦੂ ਅੱਗੇ ਹੁਣ ਆਪਾਂ ਗੱਲ ਕਰਦੇ ਆਂ ਝੋਟੀ ਬਾਰੇ ਇਹ ਫਿਰ ਕਾਫੀ ਮਹੀਨੇ ਚ ਲੈ ਕੇ ਗਏ ਤੁਸੀਂ ਇਹਨੂੰ ਇਹ ਨੂੰ ਕਹਾਂ ਭਿਰੋ ਉਦੋਂ ਦਿਖਾਏ ਨੇ 16 17 ਚ ਸਾਰੇ ਮੇਰੇ ਜਿੰਨੇ ਸਾਰੇ ਤੇ ਲੈ ਕੇ ਜਾਂਦੇ ਰੇ ਆਉਂਦੂ ਬਾਦ ਇਹ ਤਨੋਲੇ ਵਾਲਾ ਹੋਇਆ ਨਹੀਂ ਸਾਡੇ ਠੀਕ ਐ ਤੇ ਫਿਰ ਲਗਾਈ ਨੇ ਆ ਹੁਣ ਇਸ ਵਾਰ ਕਹਿੰਦੇ ਹੁਣ ਦੇਖੋ ਹੁਣ ਦੁੱਧ ਤੇ ਆ ਗਿਆ ਸਾਡੇ ਮੱਝ ਹੁਣ ਕਿੰਨਾ ਲਾਇਆ ਸੁਈ ਵੀ ਹੁਣੇ ਹੁਣੇ ਸੁਈਏ ਨੂੰ ਮਹੀਨਾ ਕੋਆ ਇਹਦਾ ਕਰਜ਼ਾ ਹੋਣੀ ਚੱਲਿਆ ਵੀਰੇ ਹੁਣ ਮੈਲਾ ਮੂਲਾ ਚਾਹ ਹੁਣ ਕਿੰਨੇ ਦੇ ਦੁੱਧ ਚੱਲਦੀ ਪਈ ਐ ਹੁਣ ਇਹ 15 ਲੀਟਰ ਦੁੱਧ ਦਾ ਪ ਇਹ ਉਮਰ ਕਿੰਨੀ ਹੋ ਗਈ ਇਹਦੀ? ਇਹਦੀ ਉਮਰ ਹੈ ਵੀਰੇ 4 ਸਾਲ ਦੇ ਨੇ। ਠੀਕ ਐ ਥੋੜੀ ਵੱਡੀ ਹੋ ਗਈ ਬਣੀ ਐ। ਹਾਂ ਹਾਂ ਵੱਡੀਆਂ ਹੋ ਕੇ ਬਣਦੀਆਂ ਵੀਰੇ। ਫਿਰ ਸਿਆਣਾ ਆ ਜਬ ਉਹ ਤਾਂ ਬਰੋਸ ਹਿਸਾਬ ਨਹੀਂ ਹੁੰਦਾ। ਠੀਕ ਐ। ਤੁਹਾਡਾ ਮਨ ਕੀ ਕਹਿੰਦਾ ਕਿੰਨਾ ਦੁੱਧ ਦੇ ਦੂਗੀ ਇਹ? ਇਹਨੇ ਦੁੱਧ ਵੀਰੇ 11 ਚਾਹੀਦਾ ਨੂੰ 13-14 ਲੀਟਰ। ਵੀ ਦੇ ਦੂਏ ਨਾ। ਦੇ ਦਊ। ਤੇ ਮੁੱਲ ਫਿਰ ਵੀਰੇ ਇਹਦਾ ਜਾਂ ਜਾ ਕੀ ਕਰਨਾ ਆਪਾਂ? ਮੁੱਲ ਵੀਰੇ ਦਾ ਹੁਣ ਜੇ ਆਪਾਂ ਜ਼ਿਆਦਾ ਮੰਗੀ ਜਾਵਾਂਗੇ ਫਿਰੋਸ਼ਾਵਾਂ ਤਾਂ ਵਿਕਣਾ ਵੀ ਨਹੀਂ ਠੀਕ ਹੈ ਇਹਦਾ ਮੁੱਲ ਪੂਰਾ 95000 ਮਾਨਤਾਣ ਕਰ ਦਾਂਗੇ ਆਪਾਂ ਕੋਈ ਗੱਲ ਠੀਕ ਹੈ ਸਿਰ ਮੁੱਲ ਵੀਰੇ ਨੇ ਬਿਲਕੁਲ ਵਾਜਬ ਕੀਤਾ 95000 ਆਮ ਇਦਾਂ ਦੇ ਝੋਟੇ ਜੋ ਸਰਟੀਫਿਕੇਟ ਨਾਲ ਹੋਵੇ 1.5 ਲੱਖ 1 ਲੱਖ ਮੁੱਲ ਸਿੰਘ ਮੂੰਹ ਮੱਥਾ ਝੋਟੀਆਂ ਦੇਖ ਸਕਦੇ ਹੋ ਸੋਹਣੇ ਸਿੰਘ ਸਾਹਿਬ ਦੀ ਤੇ ਵਾਗੀ ਥੱਲੇ ਆਰਡਰ ਕੁਆਲਿਟੀ ਦੇਖੋ ਜੀ ਬਹੁਤ ਚੰਗੀ ਬਟਨ ਵਾਲੀ ਝੋਟੀਆਂ ਜਿਹਨੂੰ ਕਹਿ ਦਿੰਦੇ ਨੇ ਬਟਨ ਬੈਕ ਸਾਈਡ ਤੇ ਉਹਨੂੰ ਦਿਖਾਈ ਦਿੰਦੇ ਹੋਣਗੇ ਤੇ ਦੁੱਧ ਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ 13 ਲ ਕਉਂਗੇ ਜੀ ਮਾਂ ਮੇਲਿਆਂ ਦੇ ਵਿੱਚ ਰਿੰਗਾ ਚ ਜਾ ਜਾ ਦੁੱਧ ਚਵਾਈ ਕਰਦੀ ਰਹੀ ਆ ਮਾਂ ਮੰਨ ਕੇ ਚੱਲੋ ਵੀ 19 20 ਲੀਟਰ ਦੁੱਧ ਆਲੀ 18 ਕਿਲੋ ਦਾ ਦੁੱਧ ਉੱਪਰ ਚਵਾਈ ਕੀਤਾ ਵਾ 18.5 ਕਿਲੋ 20 ਕਿਲੋ ਵਾਲੀ ਮੱਝ ਦੀ ਤੁਸੀਂ ਝੋਟੀ ਖਰੀਦਦੇ ਪਿਆ ਸੂਣ ਵਾਲੀ ਜਮਾ ਉਹ ਵੀ ਸਿਰਫ 95000 ਦੇ ਵਿੱਚ ਆਮ ਤੌਰ ਤੇ ਆਪਾਂ 20 ਕਿਲੋ ਵਾਲੀ ਮੱਝ ਦੀ ਕੱਟੀ ਖਰੀਦਦੇ ਹਾਂ 60000 65000 ਰੁਪਏ ਦੀ ਗਾਂਾਂ ਅੱਗੇ ਜਾ ਕੇ ਗੱਬਣ ਹੁੰਦੀਆਂ ਖਬਰਾਂ ਕੀ ਨਿਕਲਣੀਆਂ ਪਰ ਹੁਣ ਤੁਸੀਂ 95000 ਰੁਪਏ ਨੇ ਮੁੱਲ ਕੀਤਾ ਘਰੇ ਜਾ ਕੇ ਜਮਾ ਸੂਗੀ ਇੱਥੇ ਤੇ ਲੈਵਾ ਦੇਖੋ ਸੋਹਣਾ ਪੂਰਾ ਸਾਫ਼ ਸੁਥਰਾ ਚੰਗੀ ਇਹਦੀ ਆਰਡ ਸੋ ਥਾਣੇ ਹਵਾਨਾ ਨੇੜੇ ਤੋਂ ਦੇਖ ਸਕਦੇ ਹੋ ਸੋਹਣੇ ਸਾਫ ਸੁਥਰੇ ਥਾਣੇ ਹਵਾਨੇ ਦੀ ਆ ਤੇ ਬਾਕੀ ਥੋੜੇ ਥੋੜੇ ਭਲਾਂ ਆ ਪੌਣ ਲੱਗ ਗਈ ਇਹ ਤੇ ਸੂਣ ਦੇ ਨੇੜੇ ਪਜੂ ਕੱਢ ਲਿਆ ਹੁੰਦਾ ਤੇ ਫਿਰ ਕਿੰਨੀ ਤਰੀਕ ਦੱਸਿਆ ਸੀ ਇਹ ਇਹ ਵੀ ਫਿਰ ਗਰਪੂਰੇ ਹੋਣ ਦੀ ਹਾਂਜੀ ਹਾਂ ਇਹਨੂੰ ਵੀ ਫਿਰ 10 ਮਹੀਨੇ ਹੋ ਜਾਣਗੇ 17 ਤਰੀਕ ਨੂੰ ਮਨ ਕੇ ਅੱਜ ਹੋ ਗਈ 15 14 ਹਣਾ ਹਾਂ 14 15 ਤਰੀਕ ਮਨ ਕੇ ਚਲੋ ਵੀ 2 4 ਦਿਨ ਉੱਪਰ ਲੈ ਜੂਗੀ ਹਾਂ ਹਾਂ ਤੇ ਫਿਰ ਇਹਦੇ ਢਿੱਕਾ ਕਿਹੜਾ ਭਰਾਇਆ ਹੁਣ ਇਹਦੇ ਸ਼ੇਡਾ ਵੀਰ ਐਮ 23 ਐਮ 23 ਹੈ 53 ਐਮ 53 ਐਮ 53 ਇਹ ਐਮ 53 ਦਾ ਇਹਦੇ ਸੀਮਣ ਲ ਤੇ ਮਾਲਾ ਵੀ ਵਧੀਆ ਰਿਸਪੌਂਸ ਦੇਊਗੀ ਮੰਨ ਕੇ ਚੱਲ ਮੀਰ ਹੈਗੇ ਉੱਤੀ ਦਾ 14 ਲੀਟਰ ਦੀ ਆ ਵੀ ਜਿਹੜਾ ਬੱਚਾ ਵੀ ਦੇਣਾ ਠੀਕ ਹੈ ਜੇ ਕੋਈ ਬਾਈ ਲੈ ਕੇ ਵੀ ਜਾਂਦਾ ਆਪਾਂ ਬੱਚਾ ਵੀ ਉਹ ਤੋਂ ਫੀਸ ਲਾઈએ ਠੀਕ ਹੈ ਮਾਲਾ ਜੀ ਕੱਟੀ ਵਗੈਰਾ ਦੇ ਦਿੱਤੀ ਹਾਂ ਵੀ ਕੱਟੀ ਦੀ ਠੀਕ ਹੈ ਬੈਸ ਤੇ ਜਿਹੜਾ ਬੰਦਾ ਖਰੀਦੂਗਾ ਇਹਨੂੰ ਬਰੀਰ ਤਿਆਰ ਕਰਨ ਦੀ ਖਾਤਰ ਖਰੀਦੂਗਾ ਸੋਵਰੇ ਝੋਟੀ ਚੰਗੀ ਦਿਖਾਈ ਆ ਆ ਦੇਖੋ ਘਰ ਦੇ ਪਸ਼ੂ ਬੰਨਿਆ ਨੇ ਚੰਗੀਆਂ ਝੋਟੀਆਂ ਤਿਆਰ ਕਰੀਆਂ 14 14 15 15 ਲੀਟਰ ਤੱਕ ਅੱਗੇ ਬੱਚਾ ਵੀ ਦੇਖੋ ਸਾਹਮਣੇ ਖੜਾ ਏਦਾਂ ਦਾ ਬੱਚਾ ਜੀ ਇਹਨੇ ਪਾਉਣਾ ਝੋਟੀਆਂ ਚੰਗੀਆਂ ਤਿਆਰ ਤੇ ਆਏਗਾ ਇਹਦਾ ਵੀਰ ਮਾਨਦਾਨ ਹੋਊਗਾ ਜ਼ਰੂਰ ਜੀ ਕਰਾਂਗੇ ਵੀਰੇ ਠੀਕ ਹੈ ਪਿੰਡ ਆ ਗਿਆ ਆਪਣਾ ਕੋਲਡ ਕੋਲਡ ਆਪਾਂ ਵੀਰੇ ਕੋਲਡ ਕੋਲਡ ਪਿੰਡ ਠੀਕ ਹੈ ਬਗਲਾਂ ਦੇ ਨਾਲ ਹੀ ਆ ਮਿਲਕਾਂ ਦੇ ਨਾਲ ਹੀ ਪੈ ਗਿਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ